ਇਹਨੂੰ ਜੀ ਜਿਹੜਾ ਇਹਦੇ ਹਿੱਚ ਦੇ ਵਿੱਚ ਪੈ ਗਈ ਨਾ ਜਿਹੜੀ ਚੀਜ਼, ਅੱਛਾ ਉਹ ਜਿੱਥੇ ਇਹਨੇ ਕੱਢ ਲੈਣੀ ਨਾ ਉੱਥੇ ਭਾਵਾਂ ਤੁਸੀਂ ਦੂਜੀਆਂ ਕੰਪਨੀਆਂ ਦੇ ਚਾਰ ਚਾਰ ਪੰਜ ਪੰਜ ਪਾ ਦਿਓ ਨਾ, ਉਹਨਾਂ ਕੋਲ ਨਹੀਂ ਨਿਕਲਣੀ ਜੀ, ਇਹਨੇ ਕੱਢ ਲੈਣਾ ਜੀ। ਠੀਕ, ਇਹਦੀ ਹਿੱਚ ਦੇ ਵਿੱਚ ਜਿਹੜੀ ਚੀਜ਼ ਪੈ ਗਈ ਨਾ ਉਹਨੂੰ ਤੇ ਲੈ ਜਾਂਦਾ ਇੱਦਾਂ ਕਿ ਕਹਿੰਦਾ ਵਾ ਜਿੱਦਾਂ ਹਵਾ 'ਚ ਛਾਪਰ ਹੁੰਦੇ ਉਹਦੇ। ਬਾਕੀ ਜਿਹੜੇ ਹਲਾਂ ਦੇ ਉੱਪਰ ਵਾ ਚੀਜ਼ ਦੇ ਉੱਪਰ ਇਹ ਜੈਕ ਸਿਸਟਮ ਹੁੰਦਾ, ਉਹ ਡਰਾਈਵਰਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਸਹੀ, ਉਹ ਹੱਥ ਮਾਰਦੇ ਤੇ ਇਹਦੇ ਤਾਂ ਖੈਰ ਹੁਣ ਲੀਵਰ ਵੀ ਮੇਰੇ ਖਿਆਲ ਦੂਏ ਲਾਤੇ ਆ, ਬੜਾ ਜ਼ਬਰਦਸਤ ਟੈਸਟ ਵਾ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਆਪਣੇ ਕਈ ਦੋਸਤ ਉਹਦੇ ਕੋਲ ਚੱਲ ਰਹੇ ਆ। ਅਸਲਾਮ ਵਾਲੇਕੁਮ ਦੋਸਤੋ, ਆਪਣਾ ਚੈਨਲ ਪੀ ਕੇ ਯੂਟਿਊਬ ਚੈਨਲ 'ਚ ਖੁਸ਼ ਆਮਦੀਦ ਕਹਿੰਦੇ ਜੀ ਸਾਰੇ ਭਰਾਵਾਂ ਨੂੰ। ਮੌਜੂਦ ਹਾਂ ਜੀ ਸ਼ਹਿਜ਼ਾਦ ਟਰੇਡ ਲਿੰਕ, ਇਹ ਮੇਨ ਇਹਨਾਂ ਦੇ ਡੀਲਰ ਨੇ ਬਿਲਾਲਸ ਟਰੈਕਟਰ ਦੇ। ਅਸੀਂ ਇਸ ਟਾਈਮ ਓਕਾੜਾ ਕਬਾੜ ਮਾਰਕੀਟ ਦੇ ਵਿੱਚ ਮੌਜੂਦ ਹਾਂ ਅਤੇ ਬਿਲਾਲਸ 820 ਬਿਲਾਲਸ ਦੇ ਹਵਾਲੇ ਨਾਲ ਤੁਹਾਨੂੰ ਡਿਟੇਲ ਦੇਣੀ ਹੈ। ਕਾਫੀ ਦੋਸਤ ਕਮੈਂਟ ਕਰ ਰਹੇ ਸੀ ਕਿ ਬਿਲਾਲਸ ਦੇ ਹਵਾਲੇ ਡਿਟੇਲ ਦਿਓ, ਕੀਮਤਾਂ ਕੀ ਚੱਲਦੀਆਂ ਪਈਆਂ ਨੇ ਅਤੇ ਕਿਹੜੇ ਕਿਹੜੇ ਮਾਡਲ ਹਾਜ਼ਰ ਸਟਾਕ ਅਵੇਲੇਬਲ ਨੇ। ਇਹ ਜੀ ਬਿਲਾਲਸ 820 80 ਹਾਰਸ ਪਾਵਰ 4x4 ਹੈ ਜੀ। ਇਹਦੀ ਤੁਹਾਨੂੰ ਡਿਟੇਲ ਦੇਣੀ ਹੈ ਕੀ ਰੇਟ ਇਹਦਾ ਮਿਲਦਾ ਪਿਆ, ਹਾਜ਼ਰ ਸਟਾਕ ਅਵੇਲੇਬਲ ਹੈ ਓਕਾੜਾ ਮਾਰਕੀਟ ਦੇ ਵਿੱਚ, ਅਤੇ ਚੈੱਕ ਕਰੋ ਟਰੈਕਟਰ ਜੀ। ਮਾਸ਼ਾਅੱਲਾ ਜੀ ਪੂਰੇ ਹੀ ਬਲਾਕ ਟਰੈਕਟਰ, ਫਰੰਟ ਤੋਂ ਸ਼ੁਰੂ ਹੋ ਜਾਂਦੇ ਟਾਇਰ ਤੁਹਾਨੂੰ ਦੱਸ ਦਿੰਦੇ, ਦੁਬਾਰਾ ਛੋਟਾ ਜਿਹਾ ਰਿਵਿਊ ਤੁਹਾਡੇ ਨਾਲ ਦੇ ਦਿੰਦੇ। 13x6x20 ਦੇ ਫਰੰਟ ਟਾਇਰ ਨੇ ਬਲਾਰ। ਠੀਕ ਹੈ ਜੀ, ਪਿਛਲੇ ਜਿਹੜੇ ਨੇ ਪਿਛਲੇ ਟਾਇਰ ਨੇ ਜੀ 16x9x38 ਦੇ। ਠੀਕ ਹੈ ਜੀ, ਇਹਦੀ ਕੀਮਤ ਆ ਜੀ 85 ਲੱਖ ਰੁਪਈਆ। ਬਿਲਾਲਸ 820 4x4 ਦੀ ਹਾਜ਼ਰ ਸਟਾਕ, ਮੌਕੇ 'ਤੇ ਪੇਮੈਂਟ ਦਿਓ ਅਤੇ ਲੈ ਜਾਓ 2024 ਮਾਡਲ ਦੀ। ਇਸ ਤੋਂ ਇਲਾਵਾ ਜਿਹੜਾ ਸਾਦਾ 2-wheel ਬਿਲਾਲਸ 800 510 ਉਹਦੀ ਪੁੱਛਿਆ ਨਾ ਕਹਿੰਦੇ ਜੀ, ਉਹਦੀ ਕੀਮਤ ਹੈ ਜੀ 66 ਲੱਖ ਰੁਪਈਆ। ਇਹਦੀ 85 ਲੱਖ ਰੁਪਈਆ ਉਹਦੀ ਕੀਮਤ ਫਿਲਹਾਲ ਚੱਲਦੀ ਪਈ ਹੈ 66 ਲੱਖ ਰੁਪਈਆ। ਬਿਲਾਲਸ ਕਿਉਂਕਿ ਤੁਹਾਨੂੰ ਪਤਾ ਇਹਦਾ ਡਾਲਰ ਦੇ ਨਾਲ ਦਾਰੋ ਮਦਾਰ ਹੁੰਦਾ 100% ਹੀ, ਕਿਉਂਕਿ ਮੁਕੰਮਲ ਜਿਹੜਾ ਨਾ ਬਾਹਰੋਂ ਅਸੈਂਬਲ ਹੋ ਕੇ ਹੁੰਦਾ। ਠੀਕ ਹੈ ਜੀ, ਇਹ ਤੁਸੀਂ ਚੈੱਕ ਕਰ ਲਓ ਜੀ। ਕਾਫੀ ਦੋਸਤਾਂ ਦੇ ਕਮੈਂਟ ਸੀਗੇ ਕਿ ਬਿਲਾਲਸ ਦੇ ਹਵਾਲੇ ਨਾਲ ਡਿਟੇਲ ਦਿਓ ਜੀ ਕੀ ਸੂਰਤ ਹਾਲ ਚੱਲਦੀ ਪਈ, ਰੇਟ ਦੇ ਹਵਾਲੇ ਤੁਹਾਨੂੰ ਡਿਟੇਲ ਦੇ ਦੱਸ ਰਹੀ ਹੈ ਜੀ। 85 ਲੱਖ ਰੁਪਈਏ ਦਾ ਹਾਜ਼ਰ ਸਟਾਕ ਮਿਲ ਜਾਏਗਾ ਜੀ। ਇਹ ਬਲਡੋਜ਼ਰ ਹੀ ਕਹਿ ਲਓ ਇਹਨੂੰ, ਟਰੈਕਟਰ ਤੁਹਾਨੂੰ ਕੀ ਕਹਿਣਾ, ਚੈੱਕ ਕਰੋ ਪਿੱਛੋਂ। ਇਹ ਲਿੰਕਾਂ ਜੀ ਇਹਦੀਆਂ, ਬਾਕੀ ਵਾਲਵ ਲੱਗੇ ਪਿੱਛੇ ਸਾਰਾ, ਕਪਲਰ ਵਾਲ ਲੱਗੇ ਆ ਪਿੱਛੇ, ਆ ਟੈਂਕੀ, ਆ ਸਾਰਾ ਸਿਸਟਮ ਚੈੱਕ ਕਰੋ, ਇੱਧਰੋਂ ਵੀ ਚੈੱਕ ਕਰੋ। ਛਤਰੀ ਉੱਤੇ ਲੱਗੇ ਜਿਹੜੇ ਨਾਲ ਹੀ ਦਿੰਦੇ ਨੇ ਇਹ ਜਿਹੜੀ ਚੇਸੀ ਪੱਤਰੀ, ਮੈਂ ਤੁਹਾਨੂੰ ਇਹ ਦਿਖਾ ਦਿਆਂ। ਬਿਲਾਲਸ 820 ਮੇਡ ਇਨ ਬਿਲਾਲਸ। ਇਹ ਜੀ ਪਿੱਛੇ ਬੈਕ ਲਾਈਟਾਂ ਦਿੱਤੀਆਂ ਹਨ, ਬੈਕ ਇਸ਼ਾਰੇ ਦਿੱਤੇ, ਅਤੇ ਅਸੀਂ ਜੀ ਇਹ ਕਬਾੜ ਮਾਰਕੀਟ ਦੇ ਵਿੱਚ ਮੌਜੂਦ ਹਾਂ। ਮੁਖਤਲਿਫ ਚੈੱਕ ਕਰੋ, ਇੰਜਨ ਉਂਜਨ ਇੱਥੇ ਪਏ, ਹਰ ਕਿਸਮ ਦੇ ਆ, ਪੁਰਾਣੇ ਟਾਇਰ ਹੋ ਗਏ, ਇੰਜਨ ਹੋ ਗਏ, ਆ ਸਾਰਾ ਕੁਝ ਇੱਧਰ ਪਿਆ। ਇਹਦੀ ਜੀ ਮੈਂ ਤੁਹਾਨੂੰ ਕੀਮਤ ਦੇ ਹਵਾਲੇ ਤੁਹਾਨੂੰ ਡਿਟੇਲ ਦੇਣੀ ਸੀ, 85 ਲੱਖ ਰੁਪਈਆ ਇਹਦੀ ਕੀਮਤ ਜੀ 4x4 820 ਦੀ। ਅਤੇ ਜਿਹੜਾ ਦੂਸਰਾ 2-wheel ਉਹਦੀ 66 ਲੱਖ ਰੁਪਈਆ, ਇਹਦੀ 85 ਲੱਖ,
ਟੂ ਵੀਲ ਦੀ 66 ਲੱਖ ਰੁਪਈਆ ਜੀ ਫਿਲਹਾਲ 2024 ਮਾਡਲ। ਹੈਲੋ ਜੀ ਦੋਸਤੋ, ਚੌਧਰੀ ਵਾਸ ਸਾਹਿਬ ਸਾਡੇ ਨਾਲ ਮੌਜੂਦ ਨੇ, ਇਹਨਾਂ ਦੇ ਖਿਆਲਾਤ ਪੁੱਛਦੇ ਹਾਂ ਜੀ ਬਲਾਲਸ ਟਰੈਕਟਰ ਬਾਰੇ, ਇਹ ਕੀ ਆਉਂਦੇ ਨੇ। ਅਸਲਾਮੁਅਲੈਕਮ ਜੀ। ਵਾਲੇਕੁਮ ਸਲਾਮ ਜੀ। ਚੌਧਰੀ ਸਾਹਿਬ ਕੀ ਹਾਲ, ਠੀਕ ਠਾਕ? ਅੱਲਾ ਦਾ ਸ਼ੁਕਰ ਜੀ। ਚੌਧਰੀ ਸਾਹਿਬ, ਬਲਾਲਸ 820 ਬਲਾਲਸ ਬਾਰੇ ਤੁਹਾਡਾ ਕੀ ਖਿਆਲ, ਕੈਸਾ ਟਰੈਕਟਰ ਹੈ? ਬਲਾਲਸ ਬਹੁਤ ਅੱਛਾ ਟਰੈਕਟਰ ਜੀ, ਮਾਸ਼ਾਅੱਲਾ ਜੀ ਜੀ। ਠੀਕ ਹੈ ਜੀ, ਇਹਦਾ ਡਰਾਈਵਰ ਤੁਹਾਡੇ ਕੋਲ ਹੋਣਾ ਚਾਹੀਦਾ ਮੌਜੂਦ ਕੋਲ। ਅੱਛਾ, ਠੀਕ ਹੈ ਜੀ। ਇਹ ਜਿਹੜੇ 85-85 ਚਲਾਉਂਦੇ ਆ ਉਹ ਨਹੀਂ ਇਹਨੂੰ ਚਲਾ ਸਕਦੇ। ਅੱਛਾ, ਸਪੈਸ਼ਲ ਸਪੈਸ਼ਲ ਡਰਾਈਵਰ ਹੋਵੇ। ਅਗਰ ਤੁਹਾਡੇ ਕੋਲ ਡਰਾਈਵਰ ਅੱਛਾ ਹੈਗਾ ਵਾ, ਇਹ ਬਹੁਤ ਜ਼ਬਰਦਸਤ ਟਰੈਕਟਰ ਵਾ ਜੀ ਇਹ। ਠੀਕ ਹੋ ਗਿਆ। ਹਾਂਜੀ, ਕਿਹੜੇ ਕਿਹੜੇ ਕੰਮ ਵਾਸਤੇ ਸਮਝ ਸਕਦੇ ਇਹਨੂੰ ਬਾਦਸ਼ਾਹ ਟਰੈਕਟਰ? ਇਹਨੂੰ ਜੀ ਜਿਹੜਾ ਇਹਦੇ ਹਿੱਚ ਦੇ ਵਿੱਚ ਪੈ ਗਈ ਨਾ ਜਿਹੜੀ ਚੀਜ਼, ਅੱਛਾ, ਉਹ ਜਿੱਥੇ ਇਹਨੇ ਕੱਢ ਲੈਣੀ ਨਾ ਉੱਥੇ ਭਾਵੇਂ ਤੁਸੀਂ ਦੂਜੀਆਂ ਕੰਪਨੀਆਂ ਦੇ 4-4, 5-5 ਪਾ ਦਿਓ ਨਾ, ਉਹਨਾਂ ਕੋਲ ਨਹੀਂ ਨਿਕਲਣੀ ਜੀ, ਇਹਨੇ ਕੱਢ ਲੈਣਾ ਜੀ। ਠੀਕ, ਇਹਦੀ ਹਿੱਚ ਦੇ ਵਿੱਚ ਜਿਹੜੀ ਚੀਜ਼ ਪੈ ਗਈ ਨਾ ਉਹਨੂੰ ਤਾਂ ਲੈ ਜਾਂਦਾ ਇੱਦਾਂ ਕਿ ਕਹਿੰਦਾ ਵਾ ਜਿੱਦਾਂ ਹਵਾ 'ਚ ਛਾਪਰ ਹੁੰਦੇ ਉਦੋਂ ਲੈ ਜਾਂਦਾ ਹੈ। ਅੱਛਾ, ਅਤੇ ਬਾਕੀ ਜਿਹੜੇ ਹਲਾਂ ਦੇ ਉੱਪਰ ਵਾ ਜਾਂ ਚੀਜ਼ਾਂ ਦੇ ਉੱਪਰ ਇਹ ਜੈਕ ਸਿਸਟਮ ਹੁੰਦਾ, ਉਹ ਡਰਾਈਵਰਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਸਹੀ, ਉਹ ਹੱਥ ਮਾਰਦੇ ਤੇ ਇਹਦੇ ਤਾਂ ਖੈਰ ਹੁਣ ਲੀਵਰ ਵੀ ਮੇਰੇ ਖਿਆਲ ਦੂਏ ਲਾਤੇ ਆ ਜੀ। ਇਹ ਬੜਾ ਜ਼ਬਰਦਸਤ ਟੈਸਟ ਵਾ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਆਪਣੇ ਕਈ ਦੋਸਤ ਉਹਦੇ ਕੋਲ ਚੱਲ ਰਹੇ ਆ ਜੀ ਫਾਰਮਾਂ ਦੇ ਚੱਲਦੇ ਪਏ। ਚਾਸ ਚੋਈ ਸਾਹਿਬ, ਆਪਣੇ ਫਾਰਮ 'ਤੇ ਨਹੀਂ ਕਦੇ ਤੁਸੀਂ ਬਲਾਲਸ ਇਸਤੇਮਾਲ ਕੀਤਾ? ਆਪਾਂ ਦੂਜੇ ਸਾਦਾ ਚਲਾਉਂਦੇ ਰਹੇ ਹਾਂ ਜੀ, ਲੇਕਿਨ ਇਹਨਾਂ ਦਾ ਡਰਾਈਵਰ ਨਹੀਂ ਹੈ ਸਾਡੇ ਇਲਾਕੇ ਦੇ ਵਿੱਚ, ਜਿੱਥੇ ਡਰਾਈਵਰ ਗੋਪਾਲਪੁਰ ਉਖਾਲਾ ਅਤੇ ਨਹੀਂ ਮਿਸਤਰੀ ਤਾਂ ਲੱਭ ਪੈਂਦੇ, ਸਮਾਨ ਇਹਦਾ ਹਰ ਜਗ੍ਹਾ ਤੋਂ ਮਿਲ ਜਾਂਦਾ ਵਾ। ਆਹ ਪੂਰੀ ਮਾਰਕੀਟ ਭਰੀ ਪਈ ਹੈ ਉਖਾਲੇ ਦੀ ਇਹਨਾਂ ਦੇ ਨਾਲ। ਹਾਂਜੀ ਹਾਂਜੀ, ਚੀਜ਼ ਹਰ ਮਿਲ ਜਾਂਦੀ ਹੈ, ਬਸ ਡਰਾਈਵਰ ਦਾ ਆਏ ਦੇ ਉੱਤੇ ਮਸਲਾ ਆਉਂਦਾ। ਸਰ ਮਹਿੰਗਾ ਹੀ ਬੜਾ ਹੋ ਗਿਆ, ਕਹਿ ਰਹੇ 85 ਲੱਖ ਦਾ ਹੋ ਗਿਆ। ਬਿਲਕੁਲ ਜੀ, ਇੱਕ ਤਾਂ ਡਰਾਈਵਰ ਨਹੀਂ, ਦੂਜੀ ਗੱਲ ਦੇਖੋ 85 ਲੱਖ ਦਾ ਹੋ ਗਿਆ, 85 ਲੱਖ ਦੇ ਦੂਜੇ ਦੋ ਆ ਜਾਂਦੇ ਆ, ਉਹ ਦੋ ਹੁੰਦੇ ਇੱਕ ਹੀ ਹੁੰਦਾ ਵਾ ਬੇਸ਼ੱਕ ਜੋ ਮਰਜ਼ੀ ਹੋ ਜਾਵੇ। ਠੀਕ ਹੈ ਜੀ, 85 ਲੱਖ ਦਾ ਤਾਂ ਹੋ ਗਿਆ, ਬਾਕੀ ਮੁਲਕਾਂ ਦੇ ਵਿੱਚ ਇਹਦੇ ਅੱਛੇ ਅੱਛੇ ਮਾਡਲ ਜਾ ਰਹੇ ਹੋਰ, ਪਾਕਿਸਤਾਨ ਉਹਨਾਂ ਨੂੰ ਪਤਾ ਹੈਗਾ ਵੀ ਅਗਰ ਅਸੀਂ ਬਦਲ ਦਿੱਤਾ ਕੁਛ ਨਾ ਕੁਛ ਸਾਡਾ ਵਿਕਣੇ ਨਹੀਂ ਉਹ। ਹਾਂਜੀ ਹਾਂਜੀ, ਉਹਨਾਂ ਨੇ ਕਿਹਾ ਪਾਕਿਸਤਾਨ ਨੂੰ ਦੱਬੀ ਆ ਉਹ ਜਿਹੜਾ ਹੈਗਾ ਜੋ ਪਹਿਲੇ ਚਲਾਉਂਦੇ, ਇਹਨਾਂ ਨੂੰ ਇਹੋ ਚਲਾਓ ਤੁਸੀਂ। ਚਲੋ ਠੀਕ ਹੋ ਗਿਆ ਜੋਈ ਸਾਹਿਬ, ਬਹੁਤ ਮਿਹਰਬਾਨੀ ਤੁਹਾਡਾ ਛੋਟਾ। ਬਾਕੀ ਜ਼ਬਰਦਸਤ ਟੈਸਟ ਹੈ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਨਹੀਂ, ਜਿੱਥੋਂ ਮਰਜ਼ੀ ਸਹੀ ਕਰਾ ਲਓ, ਆਮ ਬੰਦਾ ਨਹੀਂ, ਮਿਸਤਰੀ ਸਾਰੇ ਕਰ ਲੈਂਦੇ ਆ, ਮਿਸਤਰੀਆਂ ਨੂੰ ਇਹਦਾ ਕੋਈ ਮਸਲਾ ਨਹੀਂ ਹੈਗਾ। ਇਹ ਕਿਹੜਾ ਕੋਈ ਨਵੀਂ ਟੈਕਨੋਲੋਜੀ ਆ ਗਈ, 70 ਸਾਲ ਪੁਰਾਣੀ ਹੈ ਵੀ, ਮਿਸਤਰੀ ਖੋਲ ਲੈਂਦੇ ਆ। ਸਾਹਿਬ ਉੱਚਾ ਹੀ ਬੜਾ ਹੈ, ਦੇਖੋ ਨਾ ਜਹਾਜ਼ ਹੀ ਖੜੋਤਾ, ਇਹ ਉੱਚਾ ਹੀ ਹੈ ਜੀ, ਇਹ ਚੌਧਰੀ ਅਜ਼ੀਮ ਵਰਗਾ ਬੰਦੇ ਚਲਾ ਸਕਦਾ, ਇਹਨੂੰ ਆਮ ਬੰਦੇ ਦਾ ਬਸ ਦਾ ਕੰਮ ਹੀ ਨਹੀਂ ਇਹਦਾ। ਚਲੋ ਜੀ, ਠੀਕ ਹੋਇਆ, ਓਕੇ ਜੀ।